ਜਿਹੜੀ ਇਹ ਫਸਲ ਆ ਕੈਪਟਨ ਸਾਹਿਬ ਇਹ ਪਿੰਡ ਕੋਟਲੀ ਆ ਜ਼ਿਲ੍ਹਾ ਮਾਨਸਾ ਹੋ ਸਕਦਾ ਤੁਹਾਨੂੰ ਪਤਾ ਹੋਵੇ ਮਾਨਸਾ ਬਾਰੇ ਕਿਉਂਕਿ ਮਾਨਸਾ ਦੇ ਵਿੱਚ ਵਿਕਾਸ ਵਕੂਸ ਤਾਂ ਕਦੇ ਕਿਸੇ ਲੀਡਰ ਨੇ ਕੀਤੇ ਨਹੀਂ ਜਦੋਂ ਬਾਬਾ ਜੀ ਸਰਕਾਰ ਆ ਗਈ ਉਦੋਂ ਕਹਿਣਗੇ ਸੌਰੀ ਇਹ ਸਿਸਟਮ ਕੌੜਨ ਚੱਲਣਾ ਤੇ ਆ ਜਿਹੜੇ ਇਹ ਜਿਹਾ ਮੂੰਹ ਲਈ ਖੜੇ ਨੇ ਨਾ ਇਹਨਾਂ ਦੇ ਸਿਰ ਤੇ ਪੰਜਾਬ ਚੱਲਦਾ ਵਿਰਸਾ ਲਾਈਵ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਨਮੋਲ ਗਗਨ ਮਾਨ ਜਿਸਨੇ ਕਿ ਹੁਣੇ ਹੁਣੇ ਆਮ ਆਦਮੀ ਪਾਰਟੀ ਦੁਆਰਾ ਸਿਆਸਤ ਦੇ ਵਿੱਚ ਕਦਮ ਰੱਖਿਆ ਹੈ ਉਹ ਸੂਬੇ ਵਿੱਚ ਵੱਧ ਰਹੇ ਸਰਕਾਰ ਦੇ ਅਤਿਆਚਾਰ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੀ ਹੈ ਪੰਜਾਬ ਦਾ ਮਾਨਸਾ ਇਲਾਕਾ ਕਾਫੀ ਪਛੜਿਆ ਹੋਇਆ ਇਲਾਕਾ ਹੈ ਅਨਮੋਲ ਗਗਨ ਮਾਨ ਨੇ ਮਾਨਸਾ ਪਹੁੰਚ ਕੇ ਉੱਥੇ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੁਣਿਆ ਜਿਸ ਤੇ ਉਸਨੇ ਸਰਕਾਰ ਦੇ ਉੱਤੇ ਗਰਮ ਹੁੰਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਤੁਸੀਂ ਵੀ ਦੇਖੋ ਇਹ ਵੀਡੀਓ ਇਸ ਟਾਈਮ ਮਾਨਸਾ ਜ਼ਿਲ੍ਹਾ 'ਚ ਖੜੀ ਹਾਂ ਮਾਨਸਾ ਜ਼ਿਲ੍ਹਾ ਦੇ ਕਿਸਾਨਾਂ 'ਚ ਖੜੀ ਹਾਂ ਉੱਧਰ ਜ਼ਮੀਨ ਬੰਦੀ ਮਾੜਾ ਜਿਹਾ ਮਰਵਾਈ ਵੀ ਆ ਫਸਲ ਆ ਜਿਹੜੀ ਇਹ ਸਾਰੀ ਮਰ ਚੁੱਕੀ ਹੈ ਹਾਂਜੀ ਜਿਹੜੀ ਇਹ ਫਸਲ ਆ ਕੈਪਟਨ ਸਾਹਿਬ ਇਹ ਪਿੰਡ ਕੋਟਲੀ ਆ ਜ਼ਿਲ੍ਹਾ ਮਾਨਸਾ ਹੋ ਸਕਦਾ ਤੁਹਾਨੂੰ ਪਤਾ ਹੋਵੇ ਮਾਨਸਾ ਬਾਰੇ ਕਿਉਂਕਿ ਮਾਨਸਾ ਦੇ ਵਿੱਚ ਵਿਕਾਸ ਵਕੂਸ ਤਾਂ ਕਦੇ ਕਿਸੇ ਲੀਡਰ ਨੇ ਕੀਤਾ ਹੀ ਨਹੀਂ ਅੱਜ ਤੱਕ ਜਿਵੇਂ ਮਤਰੇਈ ਮਾਲ ਆ ਤੁਸੀਂ ਬਣੇ ਹੋਏ ਹੋ ਸਾਰੇ ਜਣੇ ਪਤਾ ਨਹੀਂ ਮਾਨਸਾ ਦੇ ਲੋਕ ਬਹੁਤ ਜ਼ਿਆਦਾ ਮੈਨੂੰ ਲੱਗਦਾ ਵੀ ਇਹ ਜਜ਼ਬਾਤੀ ਨੇ ਅੰਦੋਲਨਾਂ 'ਚ ਇਹਨਾਂ ਨੇ ਸਭ ਤੋਂ ਜ਼ਿਆਦਾ ਭਾਗ ਲਿਆ ਜਿੰਨੀਆਂ ਕ੍ਰਾਂਤੀਕਾਰੀ ਲਹਿਰਾਂ ਉੱਠਦੀਆਂ ਪਤਾ ਨਹੀਂ ਡਰਦੇ ਹੋ ਵੀ ਕਿਤੇ ਇਹਨਾਂ ਦਾ ਵਿਕਾਸ ਕਰਾ ਤੋਂ ਮੇਰਾ ਆਵਾਜ਼ ਬੂ ਚੱਕ ਲੈਣ ਸੋ ਇਹ ਮਾਨਸਾ ਜ਼ਿਲ੍ਹਾ ਇਹ ਆਪਣੇ ਪੰਜਾਬ 'ਚ ਹੀ ਪੈਂਦਾ ਆ ਜਿਹੜੇ ਬੰਦੇ ਨੇ ਮਾਨਸਾ ਜ਼ਿਲ੍ਹੇ 'ਚ ਰਹਿੰਦੇ ਨੇ ਕਿਸਾਨ ਖੜੇ ਨੇ ਬਜ਼ੁਰਗ ਖੜੇ ਨੇ ਬੱਚੇ ਖੜੇ ਨੇ ਕਿਸਾਨਾਂ ਦੇ ਪੁੱਤ ਨੇ ਤੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਸਰਕਾਰੀ ਖਜ਼ਾਨੇ ਤੁਸੀਂ ਕਹਿੰਦੇ ਹੋ ਵੀ ਖਾਲੀ ਹੋ ਗਏ ਮੈਨੂੰ ਲੱਗਦਾ ਵੀ ਉਹਨਾਂ ਨੂੰ ਹਵਾ ਨਹੀਂ ਲਵਾਈ ਉੱਲੀ ਉੱਲੀ ਲੱਗ ਕੇ ਉਹ ਸਾਰਾ ਪੈਸਾ ਤੁਹਾਡਾ ਖਰਾਬ ਹੋ ਗਿਆ ਤੇ ਜਿਹੜੇ ਤੁਸੀਂ ਸਲਾਹਕਾਰ ਆਪਦੇ ਨਾਲ ਲੱਖਾਂ ਰੁਪਈਆ ਦੇ ਕੇ ਰੱਖਦੇ ਹੋ ਮੈਂ ਕਹਿੰਦੀ ਹਾਂ ਵੀ ਜਿਹੜੇ ਸਲਾਹਕਾਰ ਆ ਤੁਹਾਨੂੰ ਬਿਲਕੁਲ ਮੁਫਤ 'ਚ ਦੇਵਾਂਗੇ ਆ ਕਿਸਾਨਾਂ ਦੇ ਪੁੱਤ ਨੂੰ ਜਿਹਨੇ ਜਿਹੜੇ ਆਪਦੇ ਹੱਡਾਂ ਤੇ ਹਟਾਉਂਦੇ ਨੇ ਆਪਦੇ ਜਿਨ੍ਹਾਂ ਨੂੰ ਪਤਾ ਵੀ ਜਿਹੜੀ ਖੇਤੀ ਹੈ ਕਿਵੇਂ ਕੀਤੀ ਜਾਂਦੀ ਹੈ ਕੀ ਦੁੱਖ ਪਰੇਸ਼ਾਨੀ ਹੈ ਬਿਲਕੁਲ ਮੁਫਤ 'ਚ ਸਲਾਹਕਾਰ ਦੇਵਾਂਗੇ ਇਹਨਾਂ ਨੂੰ ਵੱਖੋ ਆਪਦੇ 2-4 ਸਲਾਹਕਾਰ ਨਾ ਕੋਈ ਪੈਸਾ ਲਈਏ ਤਾਂ ਕਿ ਤੁਹਾਨੂੰ ਦੱਸ ਸਕਣ ਵੀ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਕੀ ਹਾਲਾਤ ਨੇ ਕਿਵੇਂ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਜਦੋਂ ਤੁਹਾਨੂੰ ਟੈਕਸ ਭਰਦੇ ਨੇ ਲੋਕ ਤੁਹਾਡੇ ਕੋਲੇ ਸਾਰਾ ਪੈਸਾ ਜਾਂਦਾ ਤੁਹਾਡਾ ਫਰਜ਼ ਨਹੀਂ ਬਣਦਾ ਵੀ ਪਟਵਾਰੀ ਨੂੰ ਭੇਜ ਕੇ ਇੱਥੇ ਸਾਰੀ ਫਸਲ ਦਿਖਾਉਣ ਲਿਖ ਕੇ ਭੇਜਣ ਕਿ ਕਿਹੜੀ ਚੀਜ਼ ਕਿਹੜੀ ਫਸਲ ਮਰ ਗਈ ਕਿੱਥੇ ਪੈਸਾ ਤੋੜਿਆ ਤੇ ਦੂਜੀ ਗੱਲ ਦਿੱਲੀ 'ਚ ਕੇਜਰੀਵਾਲ 20,000 ਰੁਪਈਆ ਕਿੱਲੇ ਪਿੱਛੇ ਦੇ ਰਿਹਾ ਹੋਰ ਛੱਡੋ ਤੁਸੀਂ 10,000 ਦੇ ਦਿਓ ਜਿਹਦੀ ਫਸਲ ਮਰਦੀ ਹੈ ਤੁਸੀਂ 10,000 ਹੀ ਦੇ ਦਿਓ ਕਿੱਲੇ ਮਗਰ ਪਲੀਜ਼ ਪਟਵਾਰੀ ਜਿਹੜੇ ਪਿੰਡ ਦੇ ਪਟਵਾਰੀ ਤੁਸੀਂ ਤਨਖਾਹਾਂ ਦੇ ਕੇ ਰੱਖੇ ਹੋਏ ਆ ਉਹਨਾਂ ਨੂੰ ਕਹੋ ਵੀ ਪਿੰਡਾਂ 'ਚ ਜਾਣ ਲੋਕਾਂ ਦੀਆਂ ਫਸਲਾਂ ਦੇਖਣ ਜਿਹੜੇ ਕਿਸਾਨ ਦੀ ਫਸਲ ਮਰ ਗਈ ਆ ਉਹਦਾ ਮਾੜਾ ਮੋਟਾ ਸਹਾਇਤਾ ਕਰਨ 10,000 ਹੀ ਦੇ ਦਿਓ ਜ਼ਿਆਦਾ ਨਹੀਂ ਤੁਹਾਡੇ ਕੋਲੇ ਤਾਂ ਪੈਸਾ ਜੁੜਦਾ ਨਹੀਂ ਨਾ ਇੰਨੀ ਆਬਾਦੀ ਆ ਐਡਾ ਵੱਡਾ ਪੰਜਾਬ ਆ ਉੱਧਰ ਦਿੱਲੀ 'ਚ ਜਾ ਕੇ ਦੇਖੋ ਡੀਜ਼ਲ ਦੀ ਗੱਲ ਬਾਬਾ ਜੀ ਕਰ ਰਹੇ ਸੀ ਵੀ ਡੀਜ਼ਲ ਦੀ ਮਾਰ ਨਹੀਂ ਮਾਰਤਾ ਤਾਂ ਇੰਨੀ ਮਹਿੰਗੀ ਡੀਜ਼ਲ ਹੋ ਰਿਹਾ ਅੱਜ ਡੀਜ਼ਲ ਦਿੱਲੀ 'ਚ 8 ਰੁਪਏ ਘਟਾਤਾ ਕੇਜਰੀਵਾਲ ਨੇ ਆਪਦੇ ਦਮ ਉੱਤੇ ਵੀ ਮੈਂ ਆਪਦੇ ਬੰਦੇ ਕਿਸਾਨ ਲੋਕ ਜਿਹੜੇ ਕਾਰਾਂ ਜੀਪਾਂ ਚਲਾਉਂਦੇ ਨੇ ਉਹਨਾਂ ਨੂੰ ਔਖਾ ਨਹੀਂ ਹੋਣ ਦੇਣਾ ਤੁਸੀਂ ਮਾੜਾ ਮੋਟਾ ਸੋਚੋ ਮੈਂ ਕਹਿੰਦੀ ਹਾਂ ਸਾਰਾ ਦਿਨ ਰੌਲਾ ਪਾਈ ਜਾਣਾ ਸਾਡਾ ਤਾਂ ਜੀ ਪਹਿਲਾਂ ਤਾਂ ਅੱਛਾ ਵੋਟਾਂ ਤੋਂ ਪਹਿਲਾਂ ਸੁਣੋ ਵੋਟਾਂ ਤੋਂ ਪਹਿਲਾਂ ਪਤਾ ਕੀ ਕਰਨਗੇ ਜਦੋਂ ਮੇਰੀ ਸਾਡੀ ਸਰਕਾਰ ਆਉਂਦੀ ਹੈ ਦੇਖਿਓ ਤੁਸੀਂ ਅਸੀਂ ਨਾਲ ਦੀ ਨਾਲ ਸਾਰੇ ਮਾਫੀਆ ਰੇਤ ਮਾਫੀਆ ਬੰਦ ਕਰਵਾ ਦਾਂਗੇ ਕਿਸਾਨਾਂ ਦਾ ਬੰਦ ਕਰਵਾ ਦਾਂਗੇ ਮੈਂ ਤਾਂ ਬਣਾ ਦੂੰ ਰੇਲ ਇਹਨਾਂ ਦੀ ਸੁਖਬੀਰ ਹੋਰਾਂ ਦੀ ਜਦੋਂ ਇਹਨਾਂ ਦੀ ਸਰਕਾਰ ਆ ਜਾਂਦੀ ਆ ਭੋਲੇ ਭਾਲੇ ਆ ਨਾ ਆਪਾਂ ਮਗਰ ਲੱਗਦੇ ਹਾਂ ਜਦੋਂ ਬਾਬਾ ਜੀ ਸਰਕਾਰ ਆ ਗਈ ਉਹ ਤਾਂ ਕਹਿਣਗੇ ਸੌਰੀ ਇਹ ਸਿਸਟਮ ਅਕੋਰਡਿੰਗ ਚੱਲਣਾ ਪੈਂਦਾ ਇੱਦਾਂ ਤਾਂ ਨਹੀਂ ਹੁੰਦਾ ਮੈਂ ਇੱਦਾਂ ਕਿੱਦਾਂ ਰੇਤ ਵਾਲਿਆਂ ਨੂੰ ਬੰਦ ਕਰਦਾ ਟਰਾਂਸਪੋਰਟ ਮੀਡੀਆ ਨੂੰ ਇੱਦਾਂ ਕਿੱਦਾਂ ਬੰਦ ਕਰਦਾ ਸੋ ਜੇ ਤੁਸੀਂ ਪਹਿਲਾਂ ਕਿਹਾ ਕਰੋ ਆ ਕੇ ਜਦੋਂ ਤੁਸੀਂ ਵੋਟਾਂ ਮੰਗਣ ਆਉਂਦੇ ਹੋ ਨਾ ਇੱਥੇ ਪਿੰਡਾਂ 'ਚ ਉਦੋਂ ਆ ਕੇ ਕਿਹਾ ਕਰੋ ਵੀ ਕਿਸਾਨੋ ਮੇਰੇ ਵੀਰੋ ਵੀ ਮੇਰੇ ਬੱਸ ਦੀ ਕੋਈ ਗੱਲ ਨਹੀਂ ਜੇ ਹੋ ਸਕਿਆ ਮੈਂ ਤਾਂ ਬੰਦ ਕਰਾਊਂਗਾ ਰੇਤ ਮਾਫੀਆ ਉਹ ਤਾਂ ਹੋ ਸਕਿਆ ਤਾਂ ਟਰਾਂਸਪੋਰਟ ਜਿਹੜਾ ਮਾਫੀਆ ਬੰਦ ਕਰਵਾਊਂਗਾ ਜੇ ਤੁਹਾਡੇ ਕਿਸਾਨਾਂ ਪਹਿਲਾਂ ਆ ਕੇ ਤੁਸੀਂ ਮੁਆਵਜ਼ੇ ਦੀਆਂ ਫਲਾਣੀਆਂ ਸਕੀਮਾਂ ਧਿਉਂਕੀਆਂ ਸਕੀਮਾਂ ਦੇ ਕੇ 100-100 ਲਾਰੇ ਲਾ ਕੇ ਜਾਂਦੇ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਐਡੀ ਬੰਦਾ ਐਡੇ ਐਡੇ ਕਿਵੇਂ ਮਤਲਬ ਜਿਉਂਦਾ ਕਿਵੇਂ ਰਹਿੰਦਾ ਬੰਦਾ ਐਡੇ ਐਡੇ ਝੂਠੇ ਵਾਅਦੇ ਕਰਕੇ ਮਗਰੋਂ ਆਰਾਮ ਨਾਲ ਮਹਿਲਾਂ 'ਚ ਜਾ ਕੇ ਸਾਰੇ ਬਹਿ ਜਾਂਦੇ ਸੋ ਕਾਂਗਰਸ ਸਰਕਾਰ ਦਾ 1.5 ਸਾਲ ਰਹਿ ਗਿਆ 1.5 ਸਾਲ ਥੋੜ੍ਹਾ ਨਹੀਂ ਹੁੰਦਾ ਸੋ ਪੈਸਿਆਂ ਨੂੰ ਹਵਾ ਲਵਾ ਲਓ ਮਾੜੀ ਮੋਟੀ ਕਿਤੇ ਉੱਥੇ ਇਕੱਠੇ ਹੋ ਕੇ ਮਿਲਾਂ ਦਾ ਜੇ ਇਹ ਉੱਲੀ ਲੱਗੀ ਆ ਜਿਹੜਾ ਤੁਸੀਂ ਕਹਿੰਦੇ ਹੋ ਖਜ਼ਾਨੇ ਖਾਲੀ ਹੋ ਗਏ ਉਹ ਤਾਂ ਹੁੰਦੇ ਨਹੀਂ ਸੋ ਮਾੜਾ ਮੋਟਾ ਖਜ਼ਾਨਿਆਂ 'ਚੋਂ ਪੈਸਾ ਕੱਢੋ ਲੋਕਾਂ ਜਿਹੜੇ ਇਹ ਮਾਫੀਏ ਮੂਫੀਏ ਚੱਲਦੇ ਆ ਲੋਕਾਂ ਦੇ ਪੈਸੇ ਪਹਿਲਾਂ ਤਾਂ ਸਹੀ ਤਰੀਕੇ ਨਾਲ ਖਜ਼ਾਨੇ ਨੂੰ ਭਰੋ ਤੇ ਆਹ ਜਿਹੜੇ ਇਹ ਜਿਹਾ ਮੂੰਹ ਲਈ ਖੜੇ ਨੇ ਨਾ ਇਹਨਾਂ ਦੇ ਸਿਰ ਤੇ ਪੰਜਾਬ ਚੱਲਦਾ ਇਹਨਾਂ ਦਾ ਵੀ ਜੀ ਕਰਦਾ ਸਾਡੇ ਹਰ ਘਰ 'ਚ ਇੱਕ ਗੱਡੀ ਹੋਵੇ ਇਹਨਾਂ ਦਾ ਵੀ ਜੀ ਕਰਦਾ ਵੀ ਸਾਡੇ ਘਰਾਂ ਦੇ ਵਿੱਚ ਏਸੀ ਲੱਗੇ ਹੋਣ ਸਾਰੀਆਂ ਸਹੂਲਤਾਂ ਹੋਣ ਜਿਹੜੇ ਬੰਦੇ ਇੱਥੇ
काम घट कर दे आ उन्हां कोले हर सहूलत है। ये किसान जिहड़े सवेरे 4 बजे दे उठ के रातां तक खेत बौंदे आ इन्हां कोले सहूलत है नहीं। दुनिया नूं अन्न देण वाला पंजाब दा किसान भुखा मर रहा है। किथे बैठे हो तुसीं, ਕਿਹੜੇ ਹੱਕ ਨਾਲ ਕਿਹੜੇ ਮੂੰਹ ਨਾਲ ਤੁਸੀਂ ਸਰਕਾਰ ਬਣਾ ਲੈਂਦੇ ਹੋ, ਮਗਰ ਇਹਨਾਂ ਲੋਕਾਂ ਨੂੰ ਹੀ ਤੁਸੀਂ ਲਾਰੇਬਾਜ਼ੀ ਕਰਕੇ ਪੜ੍ਹਾਉਣ ਲਿਖਾਉਣ ਲਈ ਤੁਸੀਂ ਮਾਨਸਾ ਜ਼ਿਲ੍ਹੇ 'ਚ ਸਕੂਲ ਚੱਜ ਨਾਲ ਨਹੀਂ ਬਣਾਏ ਹੋਏ। ਸੋ ਮਾੜੀ ਮੋਟੀ ਗੌਰ ਕਰੋ, ਮਾੜੀ ਮੋਟੀ ਸ਼ਰਮ ਕਰੋ, ਮਾੜਾ ਮੋਟਾ ਆਪਣਾ ਦਿਮਾਗ ਨੂੰ, ਕਿਉਂਕਿ ਜਿਹੜੀਆਂ ਬਦਦਵਾਵਾਂ ਨੇ ਨਾ, ਬਦਦਵਾਵਾਂ ਲੋਕਾਂ ਦੀਆਂ, ਇਹ ਖਾਲੀ ਨਹੀਂ ਜਾਂਦੀਆਂ, ਇਹ ਬੰਦੇ ਨੂੰ ਲੈ ਕੇ ਬਹਿੰਦੀਆਂ ਨੇ। ਸੋ ਬਚੋ, ਮੈਂ ਇਹ ਕਹਿੰਦੀ ਹਾਂ ਵੀ ਇਸ ਚੀਜ਼ ਤੋਂ, ਲੋਕਾਂ ਦੀਆਂ ਬਦਦਵਾਵਾਂ ਤੋਂ ਬਚੋ, ਨਹੀਂ ਬਹੁਤ ਗਲਤ ਨਤੀਜੇ ਭੁਗਤਣੇ ਪੈਣੇ ਆ। ਧਰਮ ਨੂੰ ਨਾ ਲੋਕਾਂ ਦਾ ਲਈ ਛੱਡ ਦੋ, ਇਹ ਦੇਖ ਲੈਣਗੇ ਇਹਨਾਂ ਦਾ ਧਰਮ ਕਿੱਦਾਂ। ਤੁਸੀਂ ਸਿਰਫ ਇਹ ਗੱਲ ਕਰੋ ਵੀ ਵਿਕਾਸ ਕਿਵੇਂ ਕਰਾਉਣਾ, ਠੀਕ ਹੈ, ਪੈਰਾਂ ਚ ਰੋਲ। ਆਹ 3 ਮਹੀਨੇ ਹੋ ਗਏ ਸੀ ਝੋਨਾ ਲਾਏ ਨੂੰ, ਇਹਦੇ ਨਾਲ ਦੱਸਿਆ ਏਡਾ ਏਡਾ ਸੀ ਆ, ਕਿਸਾਨ ਨੇ 18 ਕਿੱਲੇ ਲਏ ਹੋਏ ਨੇ ਠੇਕੇ ਤੇ, ਤੇ ਅੱਜ ਇਹ ਤਾਂ 4 ਦਿਨ ਜਿੱਦੇ ਦਾ ਮੀਂਹ ਪਿਆ ਜੋ ਉਦੋਂ ਦਾ ਪਾਣੀ ਕੱਢੀ ਜਾਂਦਾ ਵਿਚਾਰਾ। ਇਹਨੇ 65000 ਇੱਥੇ ਪਹਿਲਾਂ 3 ਮੋਟਰ ਲਾਈ ਰੱਖੀ, 3000 ਰੁਪਏ ਦਾ ਖਰਚਾ ਆ, 3000 ਮੋਟਰ ਲਾਈ ਰੱਖਿਆ, ਹੁਣ ਟਰੈਟ ਲਾ ਕੇ ਪਾਣੀ ਕੱਢ ਰਿਹਾ ਹੈਗਾ। ਨਹੀਂ ਤੁਹਾਨੂੰ ਜਮੀ ਕਿੰਨੇ ਦਿਨ ਹੋ ਗਏ, ਇਹ ਵਿਚਾਰਾ 60000 ਤੇ 62000 ਨੂੰ ਠੇਕੇ ਤੇ ਲੈਤਾ ਜੀ ਬਾਹਣ, ਆ ਸਾਰਾ ਜਿਹਦਾ ਮਰਿਆ ਖੜਾ, 1.5 ਕਿੱਲਾ ਬਚਿਆ ਜੀ, ਧੁਰ ਤੋਂ ਲੈ ਕੇ ਧੁਰ ਤੱਕ ਕੋਈ ਭੋਰਾ ਇੱਕ ਖੁੱਡ ਨਹੀਂ ਬਚਿਆ। ਹੁਣ ਦੱਸੋ ਇਹ ਕੀ ਕਰਨਗੇ ਕਿਸਾਨ, ਕਿੱਦਾਂ ਯੂਥ ਖੇਤੀ ਕਰਦਾ, ਖੇਤੀ 'ਚੋਂ ਬਚਦਾ ਕੁਛ ਨਹੀਂ, ਤਾਂ ਵੀ ਮਰਦਾ ਜੇ ਖੇਤੀ ਕਰਦਾ। ਅੱਜ ਪੁੱਤਾਂ ਵਾਂਗੂ ਪਾਲੀ ਫਸਲ ਇਹਦੀ ਜਮ੍ਹਾਂ ਬਰਬਾਦ ਹੋ ਰਹੀ ਹੈਗੀ। ਫਿਰ ਇੱਕ ਪਾਸੇ ਬਦਨਾਮ ਕਰਦੇ ਕਿਸਾਨਾਂ ਨੂੰ, ਫਿਰ ਜੱਟਾਂ ਦੇ ਮੁੰਡੇ ਕੰਮ ਨਹੀਂ ਕਰਦੇ, ਖੇਤ ਨਹੀਂ ਜਾਂਦੇ, ਕੰਮ ਛੱਡ ਗਏ, ਕੰਮ ਛੱਡਣਗੇ ਕੀ? ਨਹੀਂ ਦੱਸੋ, ਅੱਗੇ ਜਿਹੇ ਜੀ ਅੱਗੇ ਖੇਤੀ ਸੀ ਬਜ਼ੁਰਗਾਂ ਵਾਲੀ ਜੀ, ਉਹ ਚਲੋ ਸੀ, ਬਲਦਾਂ ਨਾਲ ਵਾਹੁੰਦੇ ਸੀ, ਸਮਾਂ ਲੱਗਦਾ ਸੀ। ਹੁਣ ਤੁਸੀਂ ਤੁਸੀਂ ਸਾਡੇ ਗਲਫਾ ਲਿਆ ਕੇ ਪਾਇਆ, ਮਸ਼ੀਨਰੀਆਂ ਲਿਆਂਦੀਆਂ, ਭਾਂਤਮਾ ਦੇ ਬੀਜ ਲਿਆਂਦੇ, ਖਾਦਾਂ ਲਿਆਂਦੀਆਂ, ਹੁਣ ਇਹ 2 ਘੰਟਿਆਂ 'ਚ ਬਾਹ ਕੇ ਟਰੈਕਟਰ ਜੱਟਾਂ ਦੇ ਮੁੰਡੇ ਹੋਰ ਕੋਠੇ 'ਤੇ ਚੜ੍ਹ ਕੇ ਛਾਲਾਂ ਮਾਰਨ ਬਾਹੀ ਹੋ ਜਾਂਦੇ, ਨਾਚ ਤੋਂ ਸਮਾਂ ਨਹੀਂ ਜਾਂਦਾ। ਜੇ ਜੱਟਾਂ ਦੇ ਮੁੰਡੇ ਕੰਮ ਕਰਦੇ ਨੇ ਫਿਰ ਹੀ ਨਾਚ ਮਤਲਬ ਵਾਧੂ ਹੋਇਆ, ਸਟੋਰ ਤੁਹਾਡੇ ਨਹੀਂ ਸਮਝਦੇ, ਤੁਹਾਡੇ ਜਿਹੜੇ ਗਡਾਊਨ ਨੇ ਉਹ ਨਹੀਂ ਸਮਝਦੇ, ਚੱਕਿਆ ਤੁਹਾਡੇ ਨਹੀਂ ਜਾਂਦਾ, ਹੱਥ ਗੜੇ ਕਰੀ ਜਾਂਦੇ ਹੋ, ਹਾਂ ਮੰਡੀਆਂ 'ਚ ਰੁਲੀ ਜਾਂਦਾ, ਲੜਾਈ ਕਰਨੀ ਪੈਂਦੀ ਹੈ ਚੁਕਾਉਣ ਵੇਲੇ ਵੀ, ਕਿਤੇ ਗੱਡੀ ਰੋਕਣੀ ਪੈਂਦੀ ਹੈ, ਕਿਤੇ ਸੜਕ ਰੋਕਣੀ ਪੈਂਦੀ ਹੈ, ਹਜੇ ਹਾਂ ਹਾਂ ਫਿਰ ਆੜਤੀਆਂ ਨੇ ਜਾਣਾ, ਫਿਰ ਉਦੋਂ ਬਾਅਦ ਜਾਣਾ ਹੈਗਾ ਮਤਲਬ ਕਿਸਾਨ ਨੇ ਤੀਜੀ ਵਾਰ ਤੇ। ਹੋ ਸਕਦਾ 22 ਦੀਆਂ ਚੋਣਾਂ ਤੱਕ ਇਹ ਜਿਹੜੀ ਆਹ ਰੇਟ ਰੂਟ ਹੈ ਆਪਦਾ ਮੈਂਟੇਨ ਰੱਖਣ, ਤੇ ਬਾਕੀ ਜੋ 22 ਦੀਆਂ ਚੋਣਾਂ ਲਾਰੀ ਉਰੀ ਲਾ ਕੇ ਲੈ ਲਈਆਂ ਨਾ, ਬਸ ਫਿਰ ਖਤਮ ਹੋ ਜੂ ਖੇਡਾ ਸਾਰਾ ਜੀ। ਹਾਂ ਜੇ ਆਪਾਂ ਨਾ ਖੜੇ ਹੋਏ, ਇਹਨਾਂ ਤਾਂ ਅਸੀਂ ਬਹੁਤ ਚਿਰ ਤੇ, ਮੈਂ 35 ਸਾਲ ਦਾ ਜਿੱਥੇ ਬੰਜੀ ਕੰਮ ਕਰਦਾ ਭਾਈ 83 ਵੇਲੇ ਦਾ, ਪਰ ਇਹਨਾਂ ਬਥੇਰਾ ਜ਼ਿਮੀਦਾਰਾਂ ਸਮਝਾਈਦੇ, ਸਾਡੇ ਮਗਰ ਹੀ ਨਹੀਂ ਲੱਗਦੇ, ਲੱਗਣਗੇ ਬਾਬਾ ਜੀ, ਇਹਨਾਂ ਨੂੰ ਕਿਹੜਾ ਸਮਝਦਾਰ ਨੇ, ਬਥੇਰਾ ਸਮਝਾਈਦਾ, ਪੁੱਛ ਲਓ ਇਹਨਾਂ ਨੂੰ ਆਪ ਵੀ, ਬਥੇਰਾ ਸਮਝਾਈਦਾ, ਚਾਰ ਚਾਰ ਜਿਵੇਂ ਨਾਨਕ ਸ਼ਕਲ ਜਾਣੇ ਹੁੰਦੇ, ਚਾਰ ਚਾਰ ਵਾਰ ਜਿੱਦਾਂ ਕਿਤੇ ਚੰਡੀਗੜ੍ਹ ਜਾਂ ਕਿਤੇ ਰੌਲਾ ਪਾਉਣ ਵਾਸਤੇ ਸਰਕਾਰ ਦੇ ਕੰਨ ਖੋਲਣ ਵਾਸਤੇ ਜਾਣਾ ਪੈਂਦਾ, ਜਿਵੇਂ ਪਰਾਲੀ ਨੂੰ ਅੱਗ ਲਾਉਣੀ ਹੈ ਉਦੋਂ ਖੁਦਗਰਜੀ ਹੁੰਦੀ ਆ, ਉਦੋਂ ਜ਼ਰੂਰ ਜਾਂਦੇ ਨੇ। ਇਹ ਇਸ ਕੰਮ ਨੂੰ ਚੰਗਾ ਸਮਝਦੇ, ਖੇਤੀ ਨੂੰ ਉਸ ਧੰਦੇ ਨੂੰ ਮਾੜਾ ਸਮਝਦਾ, ਜੇ ਉਹ ਇਹੀ ਬਰਬਾਦ ਹੋ ਗਿਆ ਫਿਰ ਮਤਲਬ ਆਪਣੇ ਹੱਥ ਕੀ ਹੈ, ਆਪਣੇ ਹੱਥ ਕੱਖ ਨਹੀਂ ਨਾ। ਸੋ ਇਹ ਬਦਲੂਗਾ? ਹਾਂ ਬਦਲ ਆਪਾਂ ਹੀ ਬਦਲਾਂਗੇ, ਕੋਈ ਨਹੀਂ ਬਦਲਦਾ, ਹੋਰ ਕਿਸੇ ਨੇ ਨਹੀਂ ਇਸ ਸਿਸਟਮ ਨੂੰ ਬਦਲਣਾ, ਇਸ ਸਿਸਟਮ ਨੂੰ ਆਪਾਂ ਬਦਲਣਾ ਸਾਰੇ ਨੂੰ, ਹਾਂ ਹਾਂ ਆਪਣੇ ਹੱਥ 'ਚ ਇਸ ਸਿਸਟਮ ਨੂੰ ਬਦਲਣਾ, ਨਹੀਂ ਤਾਂ ਆਪਣੇ ਤੇ ਰੰਗ ਜੇ ਵਾਂਗੂ ਭਾਰੀ ਹੋ ਜਾਂਦੇ ਨੇ ਕਾਲੇ ਅੰਗਰੇਜ਼। ਔਰੰਗਜ਼ੇਬ ਇਹਨਾਂ ਨੇ ਫੇਲ ਕਰਤਾ, ਹਾਂ ਕਾਲੇ ਅੰਗਰੇਜ਼ ਨੇ ਤਾਂ ਜੀ, ਉਹਨਾਂ ਦੇ ਕਾਨੂੰਨ ਤਾਂ ਸੀ, ਇਹਨਾਂ ਦੇ ਕਾਨੂੰਨ ਵੀ ਨਹੀਂ ਕੋਈ।